ਹਾਂਜੀ ਅੱਜ ਨਾ ਆਪਾਂ ਸਿੰਪਲ ਸੂਟ ਦੀ ਕਟਾਈ ਕਰਾਂਗੇ। ਇਹ ਆਪਣਾ ਥੋੜ੍ਹਾ ਜਿਹਾ ਹੈਵੀ ਨਾਪ ਆ। ਹਾਂਜੀ ਮੈਂ ਤੁਹਾਨੂੰ ਦੱਸੂੰਗੀ ਵੀ ਹੈਵੀ ਨਾਪ ਦਾ ਆਪਾਂ ਨੇ ਤੀਰਾ ਕਿੰਨਾ ਰੱਖਣਾ, ਮੋਢੇ ਦੀ ਕਾਟ ਕਿਸ ਤਰ੍ਹਾਂ ਪਾਉਣੀ ਆ। ਹਾਂਜੀ ਇਹ ਮੈਂ ਦੋ ਤਹਿਾਂ 'ਚ, ਇਹ ਵੱਡੇ ਅਰਜ ਦਾ ਕੱਪੜਾ, ਇਹਦਾ ਪਨਾ ਵੱਡਾ ਸੀਗਾ, ਇਹ ਮੈਂ ਦੋ ਤਹਿਾਂ 'ਚ ਫੋਲਡ ਕਰ ਲਿਆ। ਆਹ ਵੇਖ ਲਓ, ਪਹਿਲਾਂ ਤਾਂ ਮੈਂ ਇਹਦੀ ਲੈਂਥ ਲਾ ਲਈ। ਹਾਂਜੀ ਇਹਦੀ ਲੈਂਥ ਆਪਾਂ ਕਰਨੀ ਆ 42 ਟੋਟਲ। ਹਾਂਜੀ 42 ਆਪਾਂ ਰੱਖ ਕੇ ਤੁਸੀਂ 3-4 ਇੰਚ ਵੱਧ ਲਾ ਸਕਦੇ ਹੋ ਇਹਦੀ ਆਪਾਂ ਲੈਂਥ। ਉਹਨਾਂ ਨੇ 42 ਕਿਹਾ, ਆਪਾਂ 43 ਕਰਾਂਗੇ। ਇਹ ਧੋ ਕੇ ਥੋੜ੍ਹਾ ਜਿਹਾ ਸ਼ਰਿੰਕ ਵੀ ਹੋ ਜੂਗਾ। ਉਸ ਤੋਂ ਬਾਅਦ 3 ਇੰਚ ਆਪਾਂ ਫੋਲਡਿੰਗ ਵਾਸਤੇ ਰੱਖਤਾ। ਹਾਂਜੀ ਹੁਣ ਆਪਾਂ ਇੱਧਰ ਤੀਰੇ ਦਾ ਨਾਪ ਲਵਾਂਗੇ। ਇਹਦਾ ਤੀਰਾ ਆਪਾਂ 7.25 ਰੱਖਾਂਗੇ। ਪੌਣੇ ਸੱਤ ਰੱਖ ਕੇ ਇਹਦੀ ਡਾਊਨ ਕਾਟ ਆਪਾਂ ਪਾਵਾਂਗੇ 7.5 ਦੀ। ਉਸ ਤੋਂ ਬਾਅਦ ਆਪਾਂ ਪਲੇਟਾਂ ਦੇ ਨਿਸ਼ਾਨ ਲਾਵਾਂਗੇ। ਇਹ ਆਪਾਂ ਲਾਵਾਂਗੇ 12.5 'ਤੇ, 15 ਇੰਚ ਦੇ ਆਪਾਂ ਹਾਫ ਕਰਾਂਗੇ। ਇਹ ਨਿਸ਼ਾਨ ਸਾਰੇ ਆਪਾਂ ਸਕੇਲ ਨਾਲ ਸਿੱਧੇ ਕਰ ਲਾਂਗੇ। ਉਸ ਤੋਂ ਬਾਅਦ ਆਪਾਂ ਇਹਦੀ ਸਾਈਡ ਸੀਨ ਦੇਖਣੀ ਆ ਕਿੰਨੀ ਆ। ਇਹਦੀ ਸਾਈਡ ਸੀਨ 15 ਤਿਆਰ ਆ, ਆਪਾਂ ਇਹਨੂੰ ਇੱਥੋਂ 'ਤੇ 16 ਇੰਚ ਰੱਖਾਂਗੇ। ਥੋੜ੍ਹਾ ਜਿਹਾ ਮਾਰਜਨ ਪਲੇਟ 'ਚ ਜਾਊਗਾ ਅਤੇ ਥੋੜ੍ਹਾ ਜਿਹਾ ਆਪਾਂ ਜਦੋਂ ਬਾਂਹ ਚੜ੍ਹਾਂਗੇ ਉਹ 'ਚ ਜਾਊਗਾ। ਆਪਾਂ ਇਹ 16 ਇੰਚ ਰੱਖ ਲਿਆ, ਇਹ ਉਹਨੂੰ ਨਿਸ਼ਾਨ ਨੂੰ ਵੀ ਆਪਾਂ ਸਿੱਧਾ ਕਰ ਲਾਂਗੇ। ਉਸ ਤੋਂ ਬਾਅਦ ਆਪਾਂ ਪਲੇਟ ਦਾ ਨਿਸ਼ਾਨ ਆ ਜਿਹੜਾ ਉਹ ਆਪਾਂ 4 ਇੰਚ 'ਤੇ ਪਾਵਾਂਗੇ। ਇਹ ਆਪਣਾ ਹੈਵੀ ਨਾਪ ਆ, ਇਹਦੀ ਚੈਸਟ 23 ਬਣਦੀ ਆ। ਇਹਦੀ ਜਿਹੜੀ ਆਪਾਂ ਪਲੇਟ ਦੀ ਲੈਂਥ ਰੱਖਾਂਗੇ ਉਹ 7 ਇੰਚ ਰੱਖਾਂਗੇ। ਆਹ ਨਿਸ਼ਾਨ ਨੂੰ ਵੀ ਆਪਾਂ ਸਿੱਧਾ ਕਰ ਦਾਂਗੇ। ਹਾਂਜੀ ਉਸ ਤੋਂ ਬਾਅਦ ਆਪਾਂ ਉਰੋਂ ਦੇਖਣਾ, ਆਪਾਂ ਇਹਦੀ 23 ਇੰਚ ਚੈਸਟ ਰੱਖਣੀ ਆ, ਇਹਦੀ ਆਪਾਂ 23.5 ਰੱਖਾਂਗੇ, 1/2 ਇੰਚ ਪਲੇਟ 'ਚ ਜਾਊਗਾ। ਆਪਣੇ 12.25 ਰੱਖ ਲਿਆ। ਹਾਂਜੀ ਕਮਰ ਇਹਨਾਂ ਦੀ 21.5 ਆ, 21.5 'ਚ ਇੱਕ ਪਲੱਸ ਕਰਾਂਗੇ, 22.5। 1 ਇੰਚ ਪਲੇਟਾਂ 'ਚ ਜਾਊਗਾ। ਕਮਰ ਆ ਜਿਹੜੀ ਉਹ ਇਹਦੀ 24, ਆਪਾਂ 12 ਰੱਖਾਂਗੇ। ਇਹ ਸਿੰਪਲ ਸੂਟ ਦੀ ਕਟਾਈ ਕਰਦੇ ਹਾਂ ਆਪਾਂ, ਇਹ ਨਾਪ ਹੈਵੀ ਆ। ਹੁਣ ਆਪਾਂ ਇਸ ਤਰ੍ਹਾਂ ਸਕੇਲ ਦੀ ਮਦਦ ਨਾਲ ਪਹਿਲਾਂ ਸਾਰੇ ਨਿਸ਼ਾਨ ਚੱਕ ਲਾਂਗੇ। ਜਿਹਦੀ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਦੀ ਹਾਂ, ਜਿਹਦੀ ਚੈਸਟ ਭਾਰੀ ਹੋਵੇ ਉਹਨੂੰ ਆਪਾਂ ਸੀ ਟੈਪ ਸਕੇਲ ਲੈ ਕੇ ਉਹਦੀ ਆਪਾਂ ਕਾਟ ਆਹ ਵਾਲੀ ਸੀ ਵੀ ਪਾ ਸਕਦੇ ਹਾਂ, ਜਿਹਦੀ ਚੈਸਟ ਜ਼ਿਆਦਾ ਹੈਵੀ ਆ। ਵੈਸੇ ਇਹਨਾਂ ਦੀ ਤਾਂ ਇਸ ਤਰ੍ਹਾਂ ਹੀ ਸਹੀ ਆਜੂਗੀ, ਥੋੜ੍ਹੀ ਕਿਸੇ ਦੀ ਬ੍ਰੈਸਟ ਵਾਲੀ ਜ਼ਿਆਦਾ ਭਾਰੀ ਹੁੰਦੀ ਆ ਅਤੇ ਫਿਰ ਉਹਦੀ ਆਪਾਂ ਸਕੇਲ ਨਾਲ ਕਾਟ ਪਾ ਦਾਂਗੇ। ਹਾਂਜੀ ਹੁਣ ਆਪਾਂ ਆਹ ਫਰੰਟ ਪਲੇਟਾਂ ਦੇ ਨਿਸ਼ਾਨ ਤਾਂ ਲਾ ਲਏ, ਹੁਣ ਆਪਾਂ ਸਾਈਡ ਵਾਲੀਆਂ ਦੇ ਲਾਵਾਂਗੇ। ਜਿਹੜੀ ਆਪਾਂ ਨੇ ਆਹ ਕਮਰ ਦਾ ਨਿਸ਼ਾਨ ਲਾਇਆ ਇੱਧਰੋਂ ਆਪਾਂ 2.5 ਇੰਚ ਰੱਖ ਲਾਂਗੇ।
ਢਾਈ ਰੱਖ ਲਿਆ, ਇੱਧਰੋਂ ਆਪਾਂ ਉੱਪਰ ਵੀ ਢਾਈ ਰੱਖ ਦਾਂਗੇ, ਇੱਧਰੋਂ ਆਪਾਂ ਇਹਨੂੰ ਢਾਈ ਰੱਖ ਦਾਂਗੇ। ਹਾਂਜੀ ਆਹ ਕਮਰ ਤੋਂ ਮੈਂ ਤੁਹਾਨੂੰ ਇੱਕ ਵੀਡੀਓ 'ਚ ਹੀ ਹੈਵੀ ਨਾਪ ਦੀ ਉਹ ਵੀ ਦੱਸਤੀ, ਮੋਢਿਆਂ ਦੀ ਕਾਟ ਵੀ ਦੱਸਤੀ, ਪਲੇਟਾਂ ਦੇ ਨਿਸ਼ਾਨ ਵੀ ਦੱਸਤੇ। ਤੁਹਾਨੂੰ ਕੁਛ ਨਹੀਂ ਪਤਾ ਲੱਗੂਗਾ ਹੈ ਨਾ, ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਲਿਓ। ਹੁਣ ਦੇਖੋ ਵੀ ਮਤਲਬ ਕਿ ਜਦੋਂ ਹੁਣ ਆਪਾਂ ਮੋਢੇ ਦੀ ਕਟਾਈ ਕਰਾਂਗੇ, ਪੰਜ ਆ, ਪੰਜ ਦਾ ਹਾਫ ਹੋ ਗਿਆ ਢਾਈ। ਪਹਿਲਾਂ ਆਪਾਂ 2.5 ਇੰਚ 'ਤੇ ਨਿਸ਼ਾਨ ਲਾਉਣਾ, ਉਰੋਂ ਆਪਾਂ ਲਾਉਣਾ 1 ਇੰਚ 'ਤੇ। ਉਸ ਤੋਂ ਬਾਅਦ ਹੁਣ ਆਪਾਂ 7.5 ਲਾਇਆ, 7.5 ਦਾ ਹਾਫ ਹੋ ਗਿਆ ਮੋਢਾ 4.25। ਆਹ ਆਪਾਂ ਨਿਸ਼ਾਨ 4.25 'ਤੇ ਲਾ ਲਿਆ, ਠੀਕ ਆ। ਹੁਣ ਆਪਾਂ ਆਹ ਵਾਲੇ ਗਲਾਈ ਵਾਲੇ ਸਕੇਲ ਦੀ ਮਦਦ ਨਾਲ ਇਹ ਨਿਸ਼ਾਨ ਚੱਕ ਲਾਂਗੇ ਸਾਰੇ, ਠੀਕ ਹੈ। ਇਹ ਬੈਕ ਦੀ ਕਟਿੰਗ ਹੋ ਗਈ, ਫਰੰਟ ਦੀ ਆਪਾਂ ਸਾਈਡ ਤੋਂ ਥੋੜ੍ਹੀ ਜਿਹੀ ਡੂੰਘੀ ਕਰਕੇ ਉਹ ਆਪਾਂ ਫਰੰਟ ਦੀ ਕਾਟ ਪਾਵਾਂਗੇ ਇਸ ਤਰ੍ਹਾਂ। ਕੋਈ ਵੀ ਮੋਢੇ 'ਚ ਬਲ ਨਹੀਂ ਆਉਂਦਾ, ਪੂਰਾ ਸੂਟ ਫਿਟਿੰਗ ਵਾਲਾ ਪ੍ਰੋਪਰ ਕਟਿੰਗ ਕਰਕੇ ਤਿਆਰ ਹੋਊਗਾ। ਆਹ ਆਪਾਂ ਮੋਢਿਆਂ ਦੀ ਕਟਿੰਗ ਕਰ ਲਈ। ਆਹ ਜਿਹੜੀ ਮੋਢਿਆਂ 'ਚੋਂ ਲੀਰ ਲਹੀ ਆ ਹੈ ਨਾ, ਇਹ ਲੀਰਾਂ ਆਪਾਂ ਪਲੇਟਾਂ ਨਾਲ ਲਾਵਾਂਗੇ। ਇਹਨਾਂ 'ਚੋਂ ਨਾ ਤੁਸੀਂ ਰੇਵ ਲੀਰਾਂ ਕੱਢ ਲੈਣੀਆਂ ਨੇ ਚਾਰ। ਆਹ ਦੇਖੋ ਇਹ ਰੇਵ ਲੀਰਾਂ ਆਪਾਂ ਉਹਨੂੰ ਲਾ ਦਾਂਗੇ ਪਲੇਟਾਂ ਨੂੰ। ਇਹ ਆਪਣੀਆਂ ਚਾਰ ਲੀਰਾਂ ਬਣ ਗਈਆਂ, ਇਹ ਇਹਨਾਂ ਨੂੰ ਆਪਾਂ ਇਕੱਠ ਦੇ ਕੇ ਸਾਈਡ 'ਤੇ ਰੱਖ ਲਾਂਗੇ। ਹਾਂਜੀ ਆਹ ਹੁਣ ਆਪਾਂ ਕਾਟ ਪਾ ਲਈ। ਹੁਣ ਇਹਦੀ ਆਹ ਚੱਕਰੀ ਦੀ ਮਦਦ ਨਾਲ ਆਪਾਂ ਸਾਰੇ ਨਿਸ਼ਾਨ ਚੱਕ ਲਾਂਗੇ। ਜਿਹੜਾ ਫਰੰਟ ਆ ਇਹਨੂੰ ਆਪਾਂ ਥੋੜ੍ਹਾ ਜਿਹਾ 1/2 ਇੰਚ ਡਾਊਨ ਕਰਾਂਗੇ। ਇਹਦਾ ਜਿਹੜਾ ਬੈਕ ਦਾ ਗਲਾ ਉਹ 8 ਆ, ਤਾਂ ਕਰਕੇ ਇਹ ਮੈਂ ਡਾਊਨ ਕਰਤਾ ਵੀ ਕਿਤੇ ਮੋਢਾ ਆਪਣਾ ਫਰੰਟ ਬੈਕ ਨੂੰ ਪਿੱਛੇ ਨੂੰ ਨਾ ਜਾਣ ਲੱਗ ਜਾਵੇ। ਆਪਾਂ ਉਰੇ ਟੁੱਕ ਲਾ ਤੇ ਇਹ ਨਿਸ਼ਾਨ ਹੁਣ ਆਪਾਂ ਸਾਰੇ ਉੱਧਰ ਚੱਕ ਲਾਂਗੇ ਆਹ ਚੱਕਰੀ ਨਾਲ। ਆਹ ਦੇਖੋ ਸਾਰੇ ਨਿਸ਼ਾਨ ਉੱਧਰ ਨਿਕਲ ਆਉਣਗੇ। ਇਸ ਤਰ੍ਹਾਂ ਬਸ ਆਪਾਂ ਇਹਦੀਆਂ ਬਾਜੂ ਕਟਿੰਗ ਕਰ ਲੈਣੀਆਂ ਨੇ। ਜੇ ਤੁਸੀਂ ਕਿਸੇ ਹੋਰ ਦੀ ਵੀਡੀਓ ਦੇਖਣੀ ਚਾਹੁੰਦੇ ਹੋ ਕਿਸੇ ਵੀ ਤਰ੍ਹਾਂ ਦਾ ਕਟਿੰਗ ਦੀ, ਤਾਂ ਤੁਸੀਂ ਮੈਨੂੰ ਕਮੈਂਟਾਂ 'ਚ ਪੁੱਛ ਸਕਦੇ ਹੋ। ਮੈਂ ਤੁਹਾਡੇ ਲਈ ਉਸ ਤਰ੍ਹਾਂ ਦੀ ਹੋਈ ਕਟਿੰਗ ਦੀ ਵੀਡੀਓ, ਸਿਲਾਈ ਦੀ ਵੀਡੀਓ, ਕੋਈ ਵੀ ਗੁੰਮ ਜਿੱਪ ਲਾਉਣੀ ਆ ਹੈ ਨਾ। ਹਾਂਜੀ ਮੇਰੀ ਵੀਡੀਓ ਦੇਖਣ ਵਾਸਤੇ ਤੁਹਾਡਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਇਹ ਨਿਸ਼ਾਨ ਆਪਾਂ ਸਾਰੇ ਉੱਧਰ ਚੱਕ ਲੈਣੇ ਨੇ। ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਲਾਈਕ ਕਰੋ, ਕਮੈਂਟ ਕਰੋ, ਸਬਸਕ੍ਰਾਈਬ ਕਰੋ। ਹਾਂਜੀ ਆਹ ਨਿਸ਼ਾਨ ਨਾ ਆਪਣੇ ਇੱਧਰ ਵੀ ਆ ਗਏ, ਆ ਜਦੋਂ ਆਪਾਂ ਇਹ ਹੱਥ ਲਾਵਾਂਗੇ ਨਾ ਫੀਲ ਹੋਊਗਾ, ਆ ਪਲੇਟ ਦਾ ਨਿਸ਼ਾਨ ਆ। ਇਹ ਦੇਖੋ ਤੁਹਾਨੂੰ ਦਿਸਦੇ ਹੋਣੇ, ਮੈਨੂੰ ਪਤਾ ਲੱਗਦਾ ਗਾ ਵੀ ਇੱਥੇ ਨਿਸ਼ਾਨ ਆ ਇਹ। ਆਹ ਦੇਖੋ